ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਮੈਂ ਹਾਂ ਮੇਰੇ ਸਹਿਯੋਗੀ ਰਣਜੀਤ ਦੇ ਨਾਲ ਕੁਲਦੀਪ ਸੱਗੂ ਅੱਜ ਅਸੀਂ ਖੜੇ ਹਾਂ ਯੂਨੀਵਰਸਿਟੀ ਕਾਲਜ ਪਿੰਡ ਬੇਨੜਾ ਵਿਖੇ ਜਿੱਥੇ ਕੀ ਅੰਬੇਦਕਰ ਟਾਈਗਰ ਫੋਰਸ ਜੋ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਵੀੜਾ ਚੁੱਕਿਆ ਹੋਇਆ ਜਿਸ ਨੇ ਅੱਜ ਉਹਦੀ ਉਪ ਪ੍ਰਧਾਨ ਬੀਬੀ ਸ਼ਤਵਿੰਦਰ ਕੌਰ ਗੀਗਾ ਮਾਜਰਾ ਇੱਥੇ ਕਾਲਜ ਦੇ ਵਿੱਚ ਇੱਕ ਬੱਚੀ ਦੀ ਫੀਸ ਭਰਨ ਆਏ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਵੀ ਨੇ ਕਾਲਜ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਹੜੇ ਮੁੱਦਿਆਂ ਨੂੰ ਲੈ ਕੇ ਬੀਬੀ ਸ਼ਤਵਿੰਦਰ ਕੌਰ ਗੀਗਾ ਸਤਵਿੰਦਰ ਕੌਰ ਜੀ ਸਤਵਿੰਦਰ ਕੌਰ ਜੀ ਅੱਜ ਤਾਂ ਸਿੱਥੇ ਬੱਚੀ ਦੀ ਇੱਕ ਦੀ ਫੀਸ ਭਰਨ ਆਏ ਹਾਂ ਕਿਵੇਂ ਜਹਨ ਦੇ ਵਿੱਚ ਆਇਆ ਵੀ ਇਹ ਕੰਮ ਜ਼ਰੂਰੀ ਹੈ ਇਹ ਸਾਡਾ ਬੇਟਾ ਪੜਦਾ ਸੀ ਇੱਥੇ ਅੱਛਾ ਤੇ ਉਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਜੀ ਠੀਕ ਹੈ ਹਾਂਜੀ ਉਹਨਾਂ ਨੇ ਆਪਣੀ ਜਿਹੜੀ ਸੰਸਥਾ ਹੋਰ ਕਿੰਨੇ ਬੱਚਿਆਂ ਦੀਆਂ ਫੀਸਾਂ ਭਰਦੀ ਆ ਜਾਂ ਭਰੂਗੀ ਕੀ ਇਹ ਪਲੈਨਿੰਗ ਆ ਪੂਰੀ ਤੁਹਾਡੀ ਅਸੀਂ ਪਹਿਲੇ ਬੱਚੇ ਦੀ ਭਰੀ ਹੈ ਜੀ ਇਸ ਵਾਰ ਤੇ ਅੱਗੇ ਤੇ ਆਪਾਂ ਨੂੰ ਪਤਾ ਲੱਗੇਗਾ ਜਰੂਰ ਭਰਾਂਗੇ ਜੀ ਜਰੂਰ ਧਿਆਨ ਚ ਦੇਣਗੇ ਤਾਂ ਆਪਾਂ ਹਰ ਹੱਲ ਕਰਾਂਗੇ ਇਹ ਕੋਈ ਨਾ ਕੋਈ ਤੇ ਜੇਕਰ ਕੋਈ ਹੋਰ ਜ਼ਰੂਰਤਵੰਦ ਬੱਚਾ ਹੁੰਦਾ ਉਹ ਤੁਹਾਡਾ ਕਿਵੇਂ ਤੇ ਕਿੱਥੇ ਸੰਪਰਕ ਕਰੇ ਉਹ ਜੀ ਆਪਣੇ ਫੋਨ ਨੰਬਰ ਦੱਸ ਮੈਨੂੰ ਫੋਨ ਨੰਬਰ ਕਿੰਨਾ ਇੱਕ ਵਾਰ ਤੁਸੀਂ ਬੋਲ ਕੇ ਦੱਸੋਗੇ 87004 86185 ਸੋ 97804 68185 ਤੇ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਬਤਾਗੇ ਸਰ ਸਸੀ ਕਾਲ ਪਹਿਲਾਂ ਸਸੀ ਕਾਲ ਜੀ ਸਰ ਜਿਹੜਾ ਜ ਇਹਨਾ ਅੰਬੇਦਕਰ ਟਾਈਗਰ ਫੋਰਸ ਵੱਲੋਂ ਉਪਰਾਲਾ ਕੀਤਾ ਗਿਆ ਬੱਚੀ ਦੇ ਫੀਸ ਭਰਦਾ ਤੁਸੀਂ ਨੂੰ ਕਿਵੇਂ ਦੇ ਸਰ ਮੇਰਾ ਕਹਿਣਾ ਇਹੀ ਹੈ ਵੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹਨ ਜੇ ਉਹ ਆਪਾਂ ਕਈ ਵੀ ਜ਼ਰੂਰਤਮੰਦ ਵਿਦਿਆਰਥੀ ਜਿਹੜੇ ਪੜਨ ਵਿੱਚ ਚੰਗੇ ਹਨ ਤੇ ਕਰੋ ਕਿਸੇ ਵੀ ਨਾ ਕਿਸੇ ਤਰ੍ਹਾਂ ਨਾਲ ਗਰੀਬ ਹਨ ਜਾਂ ਫੀਸ ਭਰਨ ਤੋਂ ਸਮਰਥ ਹਨ ਜੇ ਇਹੋ ਜਿਹੀਆਂ ਸੰਸਥਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਇੱਕ ਬਹੁਤ ਹੀ ਵੱਡਾ ਸਮਾਜ ਭਲਾਈ ਦਾ ਕਾਰਜ ਹੈ ਉਹਦਾ ਕਾਰਨ ਇਹ ਹੈ ਵੀ ਜਿਵੇਂ ਅੱਜ ਇਹਨਾਂ ਨੇ ਇੱਕ ਬੱਚੀ ਦੀ ਫੀਸ ਭਰੀ ਆ ਤਾਂ ਅਸੀਂ ਜਿਹੜਾ ਆਮ ਅਸੀਂ ਗੱਲ ਕਰਦੇ ਹਾਂ ਕਿ ਜੇ ਪਰਿਵਾਰ 'ਚ ਇੱਕ ਲੜਕੀ ਪੜ ਜਾਂਦੀ ਹੈ ਤੇ ਉਹਦੀਆਂ ਤਿੰਨ ਪੀੜੀਆਂ ਪੜ ਜਾਂਦੀਆਂ ਹਨ ਇਹਨਾਂ ਨੇ ਇੱਕ ਲੜਕੀ ਲਈ ਨਹੀਂ ਇੱਕ ਤਿੰਨ ਪੀੜੀਆਂ ਨੂੰ ਆਉਣ ਲਈ ਜਿਹੜਾ ਹੈਗਾ ਉਹਨਾਂ ਲਈ ਰੋਸ਼ਨੀ ਦਾ ਜਿਹੜਾ ਇੱਕ ਜਿਹੜਾ ਹੈਗਾ ਦੀਵਾ ਜਲਾਇਆ ਹੈ ਤੇ ਇਹੋ ਜਿਹੀਆਂ ਸੰਸਥਾਵਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਹ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਸੰਸਥਾਵਾਂ ਹੋਰ ਜੜੀਆਂ ਹੈਗੀਆਂ ਸਾਹਮਣੇ ਆਣ ਕਿਉਂਕਿ ਜਿਹੜਾ ਵਿੱਦਿਆ ਦਾ ਗਿਆਨ ਹੈ ਜਾਂ ਵਿੱਦਿਆ ਦਾ ਦਾਨ ਹੈ ਜੋਹੋ ਦਿੱਤਾ ਜਾਵੇ ਤਾਂ ਸਭ ਤੋਂ ਸਰਵਉਤਮ ਗਿਆ ਜਿਹੜਾ ਹੈਗਾ দান ਹੈ ਕਿਉਂਕਿ ਇਹੇ দান ਜਿਹੜਾ ਹੈਗਾ ਨਾ ਤਾਂ ਚੋਰ ਉਹਨੂੰ ਖੋਹ ਸਕਦਾ ਤੇ ਨਾ ਹੀ ਠੱਗ ਦੇ ਤੇ ਠੱਗੀ ਮਾਰ ਸਕਦਾ ਇਹਦੇ ਨਾਲ ਤੁਹਾਨੂੰ ਸਮਾਜ ਦੇ ਵਿੱਚ ਵਿਚਰਨ ਦੀ ਜਾਂਚ ਵੀ ਆਉਂਦੀ ਹੈ ਤੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਜਿਹੜੀ ਹੈਗੀ ਇੱਕ ਤੁਸੀਂ ਕਾਬਿਲ ਬਣਦੇ ਹੋ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਜਿੰਨਾ ਵੀ ਹੈਗਾ ਪਰਿਵਾਰ ਦਾ ਤੇ ਆਪਣਾ ਬੋਝ ਚੱਕਣ ਦੇ ਯੋਗ ਹੋ ਜਾਂਦੇ ਹੋ ਇਹ ਬਹੁਤ ਹੀ ਵਧੀਆ ਪਰਾਲਾ ਹੈ ਤੇ ਮੈਂ ਇਹ ਜੀਆਂ ਸੰਸਥਾਵਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਹੋਰ ਅਜਿਹੀਆਂ ਸੰਸਥਾਵਾਂ ਵੀ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਸਾਹਮਣੇ ਆਣ ਗਈਆਂ ਜੋ ਕਿ ਇੱਕ ਬਹੁਤ ਹੀ ਨੇਕ ਅਤੇ ਬਹੁਤ ਵਧੀਆ ਕਾਰਜ ਹੈ। ਜੀ ਸਰ ਜੇਕਰ ਗੱਲ ਕੀਤੀ ਜਾਵੇ ਅਮੇਰਿਕਾ ਟਾਈਗਰ ਫੋਰਸ ਬੋਲੋ ਹੋਰ ਤੁਹਾਨੂੰ ਕੀ ਵਿਸ਼ਵਾਸ ਦੇ ਦਵਾਇਆ ਗਿਆ ਵੀ ਭਵਿੱਖ ਦੇ ਵਿੱਚ ਹੋਰ ਬੱਚਿਆਂ ਦੀ ਫੀਸ ਕਿੰਨਾ ਦੀ ਭਰੀ ਗਈ ਕਿਵੇਂ ਭਰੀ ਗਈ। ਅਮੇਰਿਕਾ ਟਾਈਗਰ ਫੋਰਸ ਦੇ ਜਿਵੇਂ ਹੈਗਾ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਇਹਨਾਂ ਨੇ ਮੈਨੂੰ ਕਿਹਾ ਵੀ ਕੋਈ ਵੀ ਜਾਤ ਕੋਈ ਵੀ ਧਰਮ ਇਹਦੇ ਤੋਂ ਵੱਖ ਹੋ ਕੇ ਉੱਪਰ ਉੱਠ ਕੇ ਜਿਹੜਾ ਵੀ ਕੋਈ ਵਿਦਿਆਰਥੀ ਜ਼ਰੂਰਤਮੰਦ ਹੈ ਜੇ ਸਾਡੀ ਸੰਸਥਾ ਦੇ ਧਿਆਨ ਵਿੱਚ ਆਉਂਦਾ ਹੈ ਜਾਂ ਇਹਨਾਂ ਦੇ ਧਿਆਨ ਵਿੱਚ ਆਉਂਦਾ ਹੈ ਉਹਨੂੰ ਅਸੀਂ ਜਿਹੜਾ ਹੈਗਾ ਉਹਦੇ ਲਈ ਅਸੀਂ ਸਹਿਯੋਗ ਕਰਨ ਲਈ ਤਿਆਰ ਹਾਂ ਇਹ ਬਹੁਤ ਹੀ ਵਧੀਆ ਉਪਰਾਨਾ ਹੈ ਜਦੋਂ ਅਸੀਂ ਕਿਸੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਾਂ ਤਾਂ ਅਸਲੀ ਸੇਵਾ ਉਹੀ ਸੇਵਾ ਹੁੰਦੀ ਹੈ ਸੋ ਇਹ ਸੰਕਾਲਜ ਦੇ ਪ੍ਰਿੰਸੀਪਲ ਵੀਰ ਰਣਜੀਤ ਐ ਵੀ ਹੈ ਇਹ ਵੀ ਅਮਰੀਕਾ ਟਾਈਗਰ ਫੋਰਸ ਨਾਲ ਜੁੜੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਰਣਜੀਤ ਵੀਰੇ ਜ਼ਰੂਰਤਬੰਦ ਬੱਚਾ ਤੁਹਾਨੂੰ ਕਦੋਂ ਕਿਵੇਂ ਜਾਂ ਕਿਸ ਜਰੀਏ ਸੰਪਰਕ ਕਰ ਸਕਦਾ ਪੜ੍ਹਾਈ ਸੰਬੰਧੀ ਹੈਲਪ ਲਈ ਅ ਦੇਖੋ ਜਿਵੇਂ ਕਿ ਅੱਜ ਇਹ ਬੱਚਾ ਸੀਗਾ ਜਿਹੜਾ ਇਹ ਸਾਡੇ بیٹے ਜਰੀਏ ਸੰਪਰਕ ਚ ਆਇਆ ਸੀਗਾ ਕਿਤੇ ਨਾ ਕੀਤੀ ਹੈ ਜਿਹੜਾ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਪੜਨ ਵਾਲੇ ਨੇ ਉਹ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਤਕਰੀਬਨ ਫੇਲੀਅਰ ਹੀ ਹੈ ਵੀ ਜਿਹੜੇ ਹਨਰਮੰਦ ਪੜਨ ਵਾਲੇ ਬੱਚੇ ਨੇ ਤੇ ਹੁਸ਼ਿਆਰ ਨੇ ਉਹਨਾਂ ਨੂੰ ਪੜਨ ਲਈ ਹੈ ਜਿਹੜਾ ਸਰਕਾਰਾਂ ਨੂੰ ਪਹਿਲ ਉਧਾਰ ਕਰਨੀ ਚਾਹੀਦੀ ਜਿੱਥੋਂ ਕਿ ਹੁਣ ਜਿਹੜੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕਰਨੀ ਪੈ ਰਹੀ ਹੈ ਇਹ ਬੱਚੇ ਕੋਈ ਵੀ ਬੱਚਾ ਹੈਗਾ ਜਿਹੜਾ ਵੀ ਇਸ ਤਰ੍ਹਾਂ ਦਾ ਪੜਨ ਵਾਲਾ ਹੈ ਜਾਂ ਜ਼ਰੂਰਤਮੰਦ ਹੈ ਅਸੀਂ ਕੋਈ ਜਾਤ ਪਾਤਰਾ ਸਾਡਾ ਧਰਮ ਨਾਲ ਕੋਈ ਲੈਹੁਣੀ ਹੈਗਾ ਜੇਕਰ ਉਹ ਪੜਨ ਵਾਲਾ ਹੈ ਸਾਡੇ ਨਾਲ ਸੰਪਰਕ ਸੰਪਰਕ ਕਰ ਸਕਦਾ ਸਾਡਾ ਦਫ਼ਤਰ ਹੈਗਾ ਪਿੰਡ ਗੀਗਾ ਮਾਜਰਾ ਮੋਬਾਈਲ ਨੰਬਰ 9780486185 ਉਹ ਸਾਡਾ ਨੰਬਰ ਹੈ ਜਿਹੜਾ 24 ਘੰਟੇ ਅਵੇਲੇਬਲ ਹੈ ਉਹ ਕੋਈ ਵੀ ਬੱਚਾ ਸਾਡੇ ਨਾਲ ਕਦੇ ਵੀ ਸੰਪਰਕ ਕਰ ਸਕਦਾ ਇਹ ਨਹੀਂ ਹੈਗਾ ਵੀ ਸਾਡਾ ਨੰਬਰ ਬੰਦ ਹੋਊਗਾ ਜਾਂ ਹੋਊਗਾ ਤੇ ਕਾਲਜ ਦੇ ਹੋਸਟ ਆਪ ਦੇ ਵੀ ਵੀਰ ਖੜੇ ਨੇਗੇ ਵੀਜੀ ਸੱਚੀ ਕਾਕੀ ਨਾ ਮਾਸੇ ਮੇਰਾ ਨਾਮ ਹਿੰਦਰ ਸਿੰਘ ਹੈ ਜੀ ਹਿੰਦਰ ਸਿੰਘ ਜੀ ਤੁਸੀਂ ਇਥੇ ਕਾਲਜ ਦੇ ਵਿੱਚ ਫੀਸਾ ਭਰਦੇ ਹੋ ਤੁਹ ਤੁਹਾਡੀ ਵੀ ਇਹ ਕਿਤਨਾ ਕਿਤੇ ਜ਼ਿੰਮੇਵਾਰੀ ਬਣ ਜੇਗੀ ਅਗਰ ਤੁਹਾਡੀ ਨਿਗਾਹ ਦੇ ਵਿੱਚ ਕੋਈ ਜੋਗ ਵਿਦਿਆਰਥੀ ਕਿਸੇ ਵੀ ਜਾਤ ਤਰ ਮੁੱਦਾ ਹੈ ਹੀ ਨੀਗਾ ਆਉਂਦਾ ਤਾਂ ਤੁਹਾਡੀ ਜ਼ਿੰਮੇਵਾਰੀ ਬਣ ਜੇਗੀ ਤੁਸੀਂ ਇਹਨਾਂ ਨਾਲ ਸੰਪਰਕ ਕਿਵੇਂ ਕਰੋ ਠੀਕ ਹੈ ਸਰ ਅਸੀਂ ਅੱਗੇ ਵਾਸਤੇ ਅਸੀਂ ਆਪਣੇ ਕਾਲਜ ਵੱਲੋਂ ਇਹ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਬਹੁਤ ਵੱਡੀ ਸੇਵਾ ਹੈ ਜੋ ਲੋੜਵੰਦ ਵਿਦਿਆਰਥੀਆਂ ਦੀ ਫੀਸਾਂ ਭਰੀ ਜਾਂਦੇ ਨੇ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਬਹੁਤ ਜਣੀ ਲੋੜਵੰਦ ਚੱਲ ਰਿਹਾ ਹੈ ਅਸੀਂ ਅੱਗੇ ਵਾਸਤੇ ਜੋ ਵੀ ਕੋਈ ਜ਼ਰੂਰਤਵੰਦ ਵਿਦਿਆਰਥੀ ਹੋਊਗਾ ਉਹਨੂੰ ਅਸੀਂ ਬਾਈ ਹੋਰਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਜਿੰਨੀ ਵੀ ਮਦਦ ਹੋ ਸਕੂ ਇਹ ਸੰਸਥਾ ਤੋਂ ਕਰਵਾ ਸਕਦੇ ਹਾਂ ਸੋ ਇਹ ਚਾਨ ਅੰਬੇਰਕਰ ਟਾਈਗਰ ਫੋਰਸ ਦੇ ਉਪ ਪ੍ਰਧਾਨ ਤੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਸਾਡਾ ਵੀ ਸੰਪਰਕ ਕਰ ਸਕਦੇ ਨੇ ਤੇ ਅੰਬੇਦਕਰ ਟਾਈਗਰ ਫੋਰਸ ਦੀ ਉਪ ਪ੍ਰਧਾਨ ਬੀਬੀ ਚਿਤਵਿੰਦਰ ਕੋਰ ਗੀਗਾ ਮਾਜਰੇ ਨੇ ਆਪਣਾ ਨੰਬਰ ਵੀ ਦਿੱਤਾ ਕੋਈ ਵੀ ਜ਼ਰੂਰਤਵੰਦ ਵਿਦਿਆਰਥੀ ਹੋਵੇ ਕਿਸੇ ਵੀ ਜਾਤ ਧਰਮ ਦਾ ਹੋਵੇ ਤਾਂ ਉਹ ਪੜਾਈ ਸੰਬੰਧੀ ਇਹਨਾਂ ਤੋਂ ਮਦਦ ਲੈ ਸਕਦਾ ਕੈਮਰਾਮੈਨ ਅਨਜੀਤ ਦੇ ਨਾਲ ਕੁਲਦੀਪ ਸੱਗੂ ਤੂਰੀ